ਆਪਣੇ ਕਜ਼ਨ ਦੇ ਹੈਦਰ ਕੋਲ ਉਹਦੇ ਘਰ, ਉੱਥੋਂ ਇੱਕ ਸਵਾਰੀ ਜਾਮਣੀ ਅਤੇ ਬਾਅਦ ਵਿੱਚ ਇਨਸ਼ਾਅੱਲਾ ਮੋਟਰਸਾਈਕਲ ਸਰਵਿਸ ਕਰਾਉਣਾ ਅਤੇ ਵੱਧ ਘਰ ਦੇਖਾਂ ਉਸ ਕੋਲ ਪਹੁੰਚ ਕੇ ਅਤੇ ਵੱਧ ਜਿਹੜਾ ਆਉਂਦਾ ਵੱਧ। ਅਸਾਂ ਪਹੁੰਚ ਆਏ ਹਾਂ ਜਨਾਬ ਜੀ ਹੈਦਰ ਔਰ ਦੇ ਘਰ। ਅੱਛਾ ਠੀਕ ਹੈ ਠੀਕ ਹੈ। ਹਾਂ ਜੀ ਅਸਾਂ ਪਹੁੰਚ ਆਏ ਹਾਂ ਆਪਣੇ ਕਜ਼ਨ ਜਨਾਬ ਮੁਹੰਮਦ ਅਫਜ਼ਾਲ ਮੋਟੀ ਸਾਹਿਬ ਕੋਲ ਅਤੇ ਇਹ ਉਹਨਾਂ ਦਾ ਘਰ ਹੈ, ਉਹਨਾਂ ਦੀ ਜਿਹੜਾ ਤਾਂ ਗੈਸਟ ਰੂਮ ਹੀ ਬੈਠਿਆ ਗੈਸਟ ਰੂਮ ਜਿਵੇਂ ਜਿਵੇਂ ਜੁੱਤੀਆਂ ਆ ਰਹੀਆਂ ਹੁਣ ਕਿ ਨਹੀਂ ਜੁੱਤੀਆਂ ਆ ਰਹੀਆਂ ਹੁਣ ਪੂਰਾ ਆ ਰਿਹਾ ਹੁਣ ਠੀਕ ਹੈ। ਬਲਬ ਤੁਹਾਡੇ ਬਲਦੀ ਕੋਈ ਸਾਰੀ ਆ ਉਹ ਭਾਈ ਬੈਰਿੰਗ ਖਰਾਬ ਹੈ ਥੋੜੀ ਬਹੁਤ ਚੈੱਕ ਕੋਈ ਨਹੀਂ ਐਕਸਪਾਇਰ ਹੋ ਗਿਆ। ਅੱਛਾ ਮੈਂ ਅਗੇ ਸਾਰੇ ਬੈਠਣ ਤੋਂ ਬਾਅਦ ਤੋਂ ਪੱਖਾ ਚੱਲ ਗਿਆ। ਚਲੋ ਜਨਾਬ ਇਹ ਚਾਹ ਪਹੁੰਚਾਈਏ ਹੈਂ ਨਿਕਲਣ ਲੱਗਿਆ ਤੇ ਇਹ ਮਨਸੂਰ ਦੇ ਨਾਲ ਜਿਹੜਾ ਸਮਾਨ ਹੈ ਡਬਲ ਸਵਾਰੀ ਬਣ ਮੈਂਗੀ ਥੋੜਾ ਜਿਹਾ ਸਮਾਨ ਹੈ ਚੱਲ ਬਾਈ ਕਾਸਿਮ ਚਾਹ ਵੀ ਤੇਰੇ ਕੋਲ ਮੋਟਰਸਾਈਕਲ ਦੀ ਕਿਆ ਬਾਤ ਹੈ ਵਾਹ ਜੀ ਵਾਹ। ਇਹ ਜਨਾਬ ਸਾਰੇ ਮੋਟਰਸਾਈਕਲ ਖਲੋਤਾ ਬਣਿਆ ਹੋਇਆ ਕਿਹੜਾ ਬਣਿਆ ਹੋਇਆ ਅਸਾਂ ਪਹੁੰਚੇ ਸਰਵਿਸ ਸਟੇਸ਼ਨ 'ਤੇ ਮੋਟਰਸਾਈਕਲ ਸਰਵਿਸ ਕਰਾਉਂਦੇ ਹਾਂ ਅਤੇ ਇਹ ਬਾਈ ਲੱਗੋ ਹੋਇਆ ਸਰਵਿਸ ਕਰਨ ਇਹ ਸਾਰੇ ਮੋਟਰਸਾਈਕਲ ਖਲੋਤਾ ਸਰਵਿਸ ਕਰਾਉਂਦੇ ਹਾਂ ਹੁਣ ਜਿਹੜਾ ਸ਼ੁਰੂ ਕਰ ਦਿੱਤਾ ਸਾਰੇ ਮੋਟਰਸਾਈਕਲ ਵਾਹ ਜੀ ਵਾਹ। ਇਹ ਕਲੜੀ ਮਨਸੂਰ ਦੇ ਕਾਸਿਮ ਸਮਾਨ ਚਾਹ ਕੇ ਓਏ ਸਵਾਲ ਹੈ ਬੈਗ ਸਵਾਲ ਰੱਖਾ ਵਧੀ ਬੈਗ ਠੀਕ ਹੈ ਬੈਗ ਮਾਸਟਰ ਬੈਗ ਇਹ ਜਨਾਬ ਸਿਰਫ ਸਿਰਫ ਕਿ ਸ਼ੰਪੂ ਮਰੀਦੇ ਪਿਆ ਭਾਈ ਮੋਟਰਸਾਈਕਲ 'ਤੇ ਸਹੀ ਜਿਹੜਾ ਆਪਣਾ ਲਸ਼ ਕੰਡੀਸ਼ਨ ਲੈ ਵਜਣਾ ਕਰ ਉਸਤਾਦ ਬਹੁਤ ਤਰੱਕਾ ਵਧਾਈ ਦੁਆਇਸ ਉਸਤਾਦ ਦੁਆਇਸ ਬਹੁਤ ਤਰੱਕਾ ਵਧਾਈ ਯੋ ਵਾਹ ਵਾਹ ਦੱਬੀ ਮਾਂਜ ਦੱਬੀ ਮਾਂਜ ਅਗਾਂ ਏ ਬਸ 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 ਕਰ ਬਸ ਕਰ ਵਾਹ ਮੰਡ ਕਰਕੇ ਉਸਤਾਦ ਮੰਡ ਕਰਕੇ ਇੱਥੇ ਸਹੀ ਕਰਕੇ ਸਾਫ ਕਰਿਆ ਸਹੀ ਕਰਕੇ ਸਾਡੇ ਮੋਟਰਸਾਈਕਲ ਧੋਪ ਗਿਆ ਜਨਾਬ ਹੁਣ ਇਸ ਨੂੰ ਕੋ ਖੁਸ਼ ਕਰੇ ਸਨ ਵੱਧ ਚੰਗੇ ਰਹਿ ਗਏ ਮੋਟਰਸਾਈਕਲ ਸਾਡਾ ਬਿਲਕੁਲ ਰੈਡੀ ਹੋ ਚੁੱਕਿਆ ਬਸ ਕਿੱਕ ਮਾਰ ਕੇ ਅਤੇ ਹੁਣ ਜਿਹੜਾ ਤਾਂ ਘਰ ਵਾਲੇ ਪਾਸੇ ਮੂੰਹ ਕਰੀ ਲਿਆ ਐਂਡ ਮਨਸੂਰ ਅਹਿਮਦ ਆਪਣੇ ਬੋਰੀ ਬਿਸਤਰੇ ਦੇ ਨਾਲ ਕਾਸਿਮ ਸਾਹਿਬ ਖਲੋਤੇ ਠੱਡ ਲੱਗੀ ਹੋਈ ਠੱਡ ਮੋਟਰਸਾਈਕਲ ਬਿਲਕੁਲ ਰੈਡੀ ਹੋ ਚੁੱਕਿਆ ਮੋਟਰਸਾਈਕਲ ਸਰਵਿਸ ਹੋ ਗਿਆ ਅਤੇ ਹੁਣ ਅਸਾਂ ਜਿਹੜਾ ਤਾਂ ਨਿਕਲਦੇ ਪਏ ਹਾਂ ਘਰ ਚੱਲ ਬਾਈ ਉਸਤਾਦ ਕੇ ਕੁਮਾਰ ਹਾਂ ਬਈ ਮਨਸੂਰ ਸਾਹਿਬ ਜਾ ਰਹੇ ਹਾਂ ਘਰ ਹਾਂ ਕਿਆ ਬਾਤ ਹੈ ਚਲੋ ਜੀ
ਫਰੰਟ ਦਸਤੀ ਨਹੀਂ ਖੁੱਲਦਾ ਕਿਉਂ ਉਹ ਸਨੈਪ